ਕੀ ਹਾਲ ਠੀਕ ਹੋ ਠੀਕ ਹੋ ਆ ਤੁਹਾਡਾ ਇੰਟਰਵਿਊ ਕਰ ਲਿਆ ਬੈਠ ਕੇ ਕਰ ਲਈਏ ਜੀ ਪਹਿਲੇ ਮੈਨੂੰ ਉਧਰ ਸੇ ਮੇਰਾ ਦਿਲ ਹੈ ਕਿ ਆਬਾਦ ਨਹੀਂ ਹੈ ਮਗਰ ਦਿਲ ਮੇ ਫਿਰ ਵੀ ਕੋਈ ਫਰਿਆਦ ਨਹੀਂ ਹੈ ਰਹਤਾ ਹੈ ਖਿਆਲੋਂ ਮੇ ਬਸ ਇੱਕ ਹੀ ਚਿਹਰਾ ਉਸਕੇ ਸਿਵਾ ਕੋਈ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਵੈਲਕਮ ਬੈਕ ਟੂ ਇਸਰਾ ਜੀ YouTube ਚੈਨਲ ਤਮੀਰ ਕਰਨਾ ਦੋਸਤ ਤੁਸੀਂ ਠੀਕ ਹੋਵੋਗੇ ਅੱਜ ਦੀ ਬ੍ਰਾਂਡ ਵੀਡੀਓ ਸ਼ੁਰੂ ਕਰਨ ਆ ਅੱਜ ਨਾਲ ਪਹਿਲੇ ਤੁਹਾਨੂੰ ਦੱਸ ਰਹੀ ਆ ਦੇਖੋ ਮੂਜੀ ਲੱਗਦੀ ਵੀ ਹੈ ਤੇ ਉਹ ਬੰਦੇ ਮੂਜੀ ਲਾਉਂਦੇ ਪਹਿਲਾਂ ਲੱਕਣ ਤੋੜ ਨੇ ਤੇ ਅੱਜ ਦੀ ਬ੍ਰਾਂਡ ਵੀਡੀਓ ਮੈਂ ਅੱਗੇ ਤੁਹਾਨੂੰ ਦੱਸਿਆ ਕਿ ਮੈਂ ਅੱਜ ਵੀ ਵੀਡੀਓ ਬਣਾਉਣਾ ਹੈ ਲੇਕਿਨ ਮੇਰੀ ਵੀਡੀਓ ਹੁੰਦੀ ਹੈ ਟਾਪਿਕ ਬਜਵਾ ਦੇ ਉੱਤੇ ਤੇ ਅੱਜ ਜਿਹੜੀ ਵੀਡੀਓ ਵੀ ਬਜਵਾ ਦੇ ਵਿੱਚ ਹੀ ਹੈ ਤੇ ਮੈਂ ਇਸ ਤਰ੍ਹਾਂ ਮੌਜੂਦ ਹਾਂ ਅੱਡਾ ਕਾਲਿਆਂ ਦੇ ਵਿੱਚ ਤੇ ਅੱਗੇ ਜਿਹੜਾ ਬਜਵਾ ਦੇ ਵਿੱਚ ਹੰਟਰ ਹੋਣਾ ਬਜਵਾ ਕੀ ਹੈ ਸ਼ਾਲਕੋਟ ਦਾ ਇੱਕ ਇਲਾਕਾ ਹੈ ਉਹਦਾ ਨਾਮ ਹੈ ਬਜਵਾ ਜੋ ਕਿ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਹੈ ਉਹਨੂੰ ਬਜਵਾ ਕਹਿੰਦੇ ਨੇ ਤੇ ਬਜਵਾ ਦੇ ਵਿੱਚ ਤਕਰੀਬਨ 85 ਪਿੰਡ ਨੇ ਤੇ ਪਹਿਲਾ ਜਿਹੜਾ ਨਾ ਅੱਡਾ ਉਹ ਹੈ ਅੱਡਾ ਖੋਜੇ ਚੱਕ ਅੱਡਾ ਖੋਜੇ ਚੱਕ ਦੀਆਂ ਕਾਫੀ ਜ਼ਿਆਦਾ ਵੀਡੀਓ ਪਈ ਗਏ ਨੇ ਐਸੇ ਚੈਨਲ ਦੇ ਉੱਤੇ ਲੇਕਿਨ ਜਿਹੜਾ ਦੂਸਰਾ ਅੱਡਾ ਨਾ ਦੂਸਰਾ ਅੱਡਾ ਕਾਲਿਆਂ ਤੇ ਮੈਂ ਕਾਲਿਆਂ ਅੱਡੇ ਦੇ ਵਿੱਚ ਹਾਂ ਤੇ ਜਿਹੜਾ ਮੇਨ ਰੋਡ ਦੇ ਜਿਹੜੇ ਅੱਡੇ ਆਉਂਦੇ ਆ ਬਸ ਕਹਿ ਮੇਨ ਰੋਡ ਆ ਉਹਨੂੰ ਕਸ਼ਮੀਰ ਰੋਡ ਵੀ ਕਹਿੰਦੇ ਨੇ ਉਹਨੂੰ ਜਿਹੜਾ ਨਾ ਜੋ ਕਿ ਸਿੱਧਾ ਸ਼ਾਲਕੋਟ ਸਿਟੀ ਤੋਂ ਲੈ ਕੇ ਨਾ ਇਹ ਜਾਂਦਾ ਲੋਹੀ ਖਾਲੀ ਤੱਕ ਤੇ ਇਹ ਬਾਕੀ ਅੱਜ ਸ਼ਾਖਾਂ ਨੇ ਠੀਕ ਹੈ ਮਸ ਪੁੱਲ ਵਜੋਂ ਜਾਂਦੀ ਸੜਕ ਠੀਕ ਹੈ ਤੇ ਅਜੂ ਇੱਕ ਜਾਂਦੀ ਹੈ ਫੁਕਲਿਆ ਮੇਨ ਰੋਡ ਜਾਣਾ ਮੇਨ ਰੋਡ ਆਏ ਅੱਜ ਨਾ ਅਸੀਂ ਇੱਥੇ ਕਾਲਿਆ ਫਿਰਨੇ ਟੁੰਨੇ ਆ ਤੇ ਇੱਥੇ ਵੀਡੀਓ ਬਣਾਉਂਦੇ ਆ ਕਿਉਂਕਿ ਇੱਥੇ ਤਕਰੀਬਨ 50 ਦੁਕਾਨਾਂ ਨੇ ਠੀਕ ਹੈ ਸੁਣਾਓ ਜੀ ਠੀਕ ਹੋ ਇਹ ਜਨਾਬ ਹੈ ਮੇਰੇ ਨਾਲ ਜਿਹੜੇ ਆ ਮਿਲੇ ਨਾ ਭਾਈ ਹੋਣੀ ਰਾਣਾ ਸਾਹਿਬ ਰਾਣਾ ਫਾਹ ਸਾਹਿਬ ਨੇ ਜੀ ਪੁੱਲ ਬਈਆਂ ਤੋਂ ਇਹਨਾਂ ਲਈ ਮੇਰਾ ਖਿਆਲ ਹੈ ਕਿ ਕੱਲ੍ਹ ਪਰਸੋਂ ਦੀ ਵੀਡੀਓ ਇਹਨਾਂ ਲਈ ਬਣਾਈ ਕਿ ਇਹਨਾਂ ਨੇ ਪੀਟਰ ਸਟਾਰਟ ਕਰ ਦਿੱਤਾ ਇਹਨਾਂ ਨੂੰ ਇਸ ਟਾਈਮ ਮੈਂ ਜਿਹੜਾ ਕਾਲਿਆਂ ਦੀਆਂ ਤੁਹਾਨੂੰ ਦੁਕਾਨਾਂ ਕੋਲ ਦੱਸਣਾ ਆ ਚੱਕ ਆ ਲੱਗ ਗਿਆ ਜੇ ਤਾਂ ਕੱਢਾ ਲਗਾ ਆਹ ਕਾਲਿਆਂ ਦਾ ਜੀ ਇੱਕ ਮਸ਼ਹੂਰ ਤਰੀਨ ਹੋਟਲ ਹੈ ਠੀਕ ਹੈ ਇੱਥੇ 24 ਘੰਟੇ ਬੰਦੇ ਬੈਠੇ ਹੁੰਦੇ ਨੇ ਤੇ ਇਹ ਜਿਹੜਾ ਹੋਟਲ ਹੈ ਨਾ ਇਹ ਸਾਡੀ ਉਸ ਤੋਂ ਪਹਿਲੇ ਦਾ ਹੋਟਲ ਹੈ ਠੀਕ ਹੈ ਕੁਛ 2-4-5 ਦੁਕਾਨਾਂ ਐਸੀਆਂ ਨੇ ਜਿਹੜੀਆਂ ਸਾਡੀ ਉਸ ਤੋਂ ਪਹਿਲੇ ਦੀਆਂ ਨੇ ਬਸ ਕਿ ਇੱਕ ਇਹ ਸਟੋਰ ਹੋ ਗਿਆ ਮੈਡੀਕਲ ਸਟੋਰ ਇਹ ਮੈਡੀਕਲ ਸਟੋਰ ਹੈ ਡਾਕਟਰ ਮਸ਼ੀਨ ਸਾਹਿਬ ਦਾ ਉਹ ਤੁਹਾਨੂੰ ਮੈਂ ਵੀ ਨਾਲ ਨਾਲ ਦੱਸਣਾ ਚਾਹਾਂ ਕਿ ਡਾਕਟਰ ਮਸ਼ੀਨ ਸਾਹਿਬ ਕੌਣ ਨੇ ਡਾਕਟਰ ਮਸ਼ੀਨ ਸਾਹਿਬ ਨੇ ਜੀ ਗਿੱਦਪੁਰੇ ਨਾਲ ਇੱਕ ਛੋਟਾ ਜਿਹਾ ਪਿੰਡ ਤੋਂ ਸ਼ੁਰੂ ਤੋਂ ਇੱਥੇ ਨਾ ਕਾਲੇ ਅੱਡੇ 'ਚੋਂ ਬਹਿੰਦੇ ਹਨ ਅਤੇ ਇੱਕ ਚਿਦਰਾ ਵੀ ਉਹਨਾਂ ਦੇ ਚਿਦਰਾ ਪੈਰ ਦੇ ਚਲਾਈ ਇੱਕ ਸਿਆਸੀ ਬੰਦੇ ਹਨ ਸਮਾਜੀ ਬੰਦੇ ਹਨ ਔਰ ਇਹ ਨਾਲ ਹੀ ਨਾ ਇੱਥੇ ਮਸ਼ਹੂਰ ਜਿਹੜੀਆਂ ਚੀਜ਼ਾਂ ਨੇ ਇੱਕ ਤਾਂ ਇੱਥੇ ਯੂਨੀਅਨ ਕੌਂਸਲ ਆ ਉਹ ਅੱਗੇ ਮੈਂ ਤੁਹਾਨੂੰ ਦੱਸਣਾ ਵੀ ਇਹ ਡਾਕਟਰ ਸਾਹਿਬ ਦੀਆਂ ਨੇ ਸਾਰੀਆਂ ਦੁਕਾਨਾਂ ਠੀਕ ਹੈ ਤਕਰੀਬਨ 10-15 ਦੁਕਾਨਾਂ ਲਿਆ ਉਹਨਾਂ ਦੀਆਂ ਨੇ ਅਤੇ ਇਹ ਨਾਲ ਹੀ ਬਹੁਤ ਵੱਡਾ ਇੱਕ ਮਦਰਸਾ ਇੱਕ ਨਾਲ ਮਸਜਿਦ ਤੁਹਾਨੂੰ ਅੱਜ ਕਹਾਂ ਆਸਾਨ ਲਫਜ਼ਾਂ ਦੇ ਵਿੱਚ ਕਿ ਦਾਵਤ ਇਸਲਾਮੀ ਦਾ ਮਦਰਸਾ ਔਰ ਦਾਵਤ ਇਸਲਾਮੀ ਦਾ ਜਿਹੜਾ ਸਭ ਤੋਂ ਵੱਡਾ ਮੇਨ ਜਿਹੜਾ ਟਾਪਿਕ ਹੈ ਨਾ ਮੇਨ ਜਿਹੜਾ ਹੈਡ ਹੈ ਉਹ ਇੱਥੇ ਕਾਲਿਆ ਜਿਹੜਾ ਬੁਜਵਾਦ ਹੈ ਔਰ ਇਹ ਜਗ੍ਹਾ ਜਿਹੜੀ ਨਾ ਡਾਕਟਰ ਮਸ਼ੀਰ ਸਾਹਿਬ ਨੇ ਦਿੱਤੀ ਹੈ ਇਹਨਾਂ ਨੂੰ ਬਿਲਕੁਲ ਫਰੀ ਪਾਣ ਆ ਜਿਹੜੀਆਂ ਨਾਲ ਪਿੱਛੇ ਪੈਲੀਆਂ ਨਾ ਉਹ ਵੀ ਡਾਕਟਰ ਮਸ਼ੀਰ ਸਾਹਿਬ ਦੀਆਂ ਨੇ ਅੱਜ ਤੁਹਾਨੂੰ ਅੱਗੇ ਲੈ ਕੇ ਚੱਲਣਾ ਠੀਕ ਹੈ ਇੱਧਰ ਅੱਗੇ ਯੂਨੀਅਨ ਕੌਂਸਲ ਜਿਹੜੀ ਯੂਨੀਅਨ ਕੌਂਸਲ ਜਿਹੜਾ ਤੁਹਾਡੀ ਬਣਾ ਲਈ ਹੈ ਆ ਤੁਹਾਨੂੰ ਜਿਹੜਾ ਨਾ ਇੱਥੇ ਆ ਇੱਕ ਦੁਕਾਨ ਹੈ ਜੀ ਸਵੀਟ ਬੇਕਰ ਠੀਕ ਹੋ ਆਏ ਕਿਹਾ ਉਹ ਪੰਜ ਅੱਧਰ ਕਿਹਾ ਜੀ ਆਹ ਪੈਫਿਟਾਂ ਦੀ ਦੁਕਾਨ ਹੈ ਅਤੇ ਇਹ ਬੰਦਾ ਕੈਮਰੇ ਕੋਲੋਂ ਬੜਾ ਚਾਲੂ ਹੈ ਤੁਸੀਂ ਬਾਅਦ ਜਿਹੜਾ ਨਾ ਤਮਾਸ਼ੇ ਦੇਖਿਓ ਸਲਾਮ ਅਲੈਕੁਮ ਕੀ ਹਾਲ ਠੀਕ ਹੋ ਆ ਤੁਹਾਡਾ ਇੰਟਰਵਿਊ ਕਰ ਲਿਆ ਬੈਠ ਕੇ ਕਰ ਲਈਏ ਮੈਂ ਚਲੋ ਪਹਿਲੇ ਕਹਿਣਾ ਬੰਦਾ ਕੈਮਰੇ ਕੋਲ ਬਹੁਤ ਜ਼ਿਆਦਾ ਚਾਲੂ ਹੈ ਕਹਿੰਦਾ ਪਹਿਲੇ ਮੈਨੂੰ ਚਾਹ ਪੀ ਲੈ ਲਓ ਇਹ ਜਿਹੜੀਆਂ ਯੂਨੀਅਨ ਕੌਂਸਲ ਹੈ ਯੂਨੀਅਨ ਕੌਂਸਲ ਪੁੱਕਲਿਆ ਅਤੇ ਇਸ ਟਾਈਮ ਯੂਨੀਅਨ ਕੌਂਸਲ ਨੇ ਬਣ ਗਿਆ ਕਿਉਂਕਿ ਟਾਈਮ ਸ਼ਾਮ ਦਾ ਅਤੇ ਇਹ ਜਿਹੜਾ ਇਹ ਪਲਾਜ਼ਾ ਜੀ ਅਲਹਮ ਆਟੋ ਅਤੇ ਦੇਖਣੇ ਚੱਲ ਕੇ ਇੱਥੇ ਕੋਈ ਬੰਦਾ ਹੈ ਕਿ ਨਹੀਂ ਇਹ ਜਿਹੜਾ ਪਲਾਜ਼ਾ ਨਾ ਇਹ ਡਾਕਟਰ ਮਸ਼ੀਨ ਸਾਹਿਬ ਦਾ ਹੀ ਹੈ ਠੀਕ ਹੈ ਇਹ ਥੱਲੇ ਕੋਈ ਸਮੋਕਰ ਵਗੈਰਾ ਰੱਖੇ ਦੇਣਾ ਤਾਂ ਥੱਲੇ ਚਾਹ ਖਾਣਾ ਬਣਾਏ ਦਾ ਲੇਕਿਨ ਇਹ ਪਿੰਡ ਦੂਸਰਾ ਮੇਰਾ ਪਿੰਡ ਦਾ ਪੁੱਲ ਵਜੋਂ ਹੈ ਲੇਕਿਨ ਜਿਹੜਾ ਨਾ ਇੱਥੇ ਤੁਹਾਨੂੰ ਬੰਦਾ ਤਾਂ ਕੋਈ ਨਹੀਂ ਹੈ ਲੇਕਿਨ ਫਲਾਂਗੇ ਟਵਾਉਂਦੇ ਅਸੀਂ ਚੱਕ ਸ਼ੱਕ ਕਰਾਂਗੇ ਇੱਕ ਬੰਦਾ ਦੇਖ ਲਓ ਜੀ ਇਹ ਬਜਵਾਸ ਦਾ ਜਿਹੜਾ ਨਾ ਕਿਹੜਾ ਬੁਰਾ ਬੰਦਾ ਠੀਕ ਹੈ ਅਤੇ ਚੌਧਰੀ ਆਦਮੀ ਆ ਠੀਕ ਠਾਕ ਉਹਨਾਂ ਸ਼ਾਇਰ ਵੀ ਆ ਨੇ ਇੰਜੀਨੀਅਰ ਹੁਣ ਤੁਹਾਡਾ ਇੰਟਰਵਿਊ ਤਾਂ ਕਹਿ ਕੇ ਫਿਰ ਕਰਨਾ ਲੇਕਿਨ ਆ ਕੇ ਹੁਣ ਕੁਛ ਸ਼ੇਅਰ ਸੁਣਾ ਲਓ ਤੁਸੀਂ ਲੱਭ ਦੇ ਰਸਤੇ ਦੇ ਵਿੱਚ ਆ ਕੇ ਮੁੱਦਤ ਸੇ ਮੇਰਾ ਦਿਲ ਹੈ ਕਿ ਆਬਾਦ ਨਹੀਂ ਹੈ ਮਗਰ ਦਿਲ ਮੇ ਫਿਰ ਵੀ ਕੋਈ ਫਰਿਆਦ ਨਹੀਂ ਹੈ ਰਹਤਾ ਹੈ ਖਿਆਲੋਂ ਮੇ ਬਸ ਇੱਕ ਹੀ ਚਿਹਰਾ ਉਸਕੇ ਸਿਵਾ ਕੁਛ ਵੀ ਮੁਝੇ ਯਾਦ ਨਹੀਂ ਹੈ ਉਡਨੇ ਕੋ ਪਰਿੰਦੇ ਸਭੀ ਪਰ ਤੋਲ ਰਹੇ ਹੈ ਲੇਕਿਨ ਗੁਲਸ਼ਨ ਮੇ ਕੋਈ ਸਿਆਦ ਨਹੀਂ ਹੈ ਇੱਕ ਲਹਿਰ ਸੀ ਉੱਠਤੀ ਹੈ ਸਾਕੀ ਆਜ ਵੀ ਦਿਲ ਮੇ ਇਸ ਲਹਿਰ ਕੇ ਉੱਠਨੇ ਕਾ ਸਬਬ ਯਾਦ ਨਹੀਂ ਹੈ ਕਿਆ ਬਾਤ ਸ਼ਾਜੀ ਆਓ ਅਗਰ ਨਾ ਵੀ ਜਣਾ ਸਾਕੀ ਹੈ ਠੀਕ ਹੈ ਗੁੱਜੇ ਬਣਾ ਦੀ ਤੁਹਾਡਾ ਚੱਲ ਕੇ ਬਜਵਾਹ ਦਾ ਰੀਅਲ ਟੈਲੈਂਟ ਕਹਿ ਲਓ ਬਜਵਾਹ ਦਾ ਬਜਵਾਹ ਦੇ ਵਿੱਚ ਮਾਸ਼ਾਅੱਲਾ ਤੁਹਾਨੂੰ ਦੱਸਾਂ ਕਿ ਸ਼ਾਇਰ ਵੀ ਆ ਨੇ
और काफ़ी ऐसे बंद ने जिन्होंने अपनी किताबा भी छाया हुई ने नाल ही इन्होंने इतने कोई दुकान वगैरह भी बनाई दी देख ली है नाली दुकान है इतने ठीक है माशाल्लाह भी चेक कर लो जनाब अब जवाब के बच्चे जरा ना इन्होंने बहुत ज़्यादा सहूलत दिखाई ने ਮੈਂ ਕਿਹਾ ਜੀ ਅੱਜ ਕਾਲੇ ਨਹੀਂ ਵੀਡੀਓ ਬਣਾਉਂਦੇ ਤੁਹਾਡੀ ਸੁਣਾ ਕਿ ਸਾਨੂੰ ਕੁਰਬਾਨੀ ਦੇ ਗੋਸ਼ਤ ਵਿੱਚ ਇਨਸ਼ਾਅੱਲਾ ਨਹੀਂ ਕੁਰਬਾਨੀ ਵਾਲੇ ਨਹੀਂ ਇਹ ਤੋਂ ਬਾਅਦ ਰੱਖੋ ਕੁਰਬਾਨੀ ਵਾਲੇ ਜਿੰਨਾ ਸਾਨੂੰ ਜਿਹੜਾ ਮੁਲਾਵਸ ਕਰੋ ਜ਼ਰੂਰ ਇਨਸ਼ਾਅ
ਕਹਿੰਦੇ ਥੱਲੇ ਚੱਲ ਕੇ ਦੇਖ ਲਿਆ ਤੇ ਥੱਲੇ ਇਹਨਾਂ ਨੇ ਸਨੂਕਰ ਕਲੱਬ ਬਣਾਇਆ ਤੇ ਉੱਥੇ ਨਾ ਅਕਸਰ ਮੁੰਡੇ ਖੇਡਦੇ ਹੁੰਦੇ ਨੇ ਦੇਖ ਲੈਂਦੇ ਹਾਂ ਕਹਿੰਦੇ ਕੋਈ ਹੈ ਬੰਦਾ ਨੇ ਸਾਹਮਣੇ ਕਰੀਏ ਆਏ 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 ਮਾਸ਼ਾ ਅੱਲਾ ਸ਼ਾਇਦ ਤੈਅ ਖਾਂਦਾ ਜਿਹੜਾ ਸਹੀ ਠੰਡਾ ਤੇਰਾ ਬੜਾ ਦੇਰ ਸਲਾਮੁਅਲੈਕੁਮ ਠੀਕ ਹੋ ਜੀ ਇਹ ਡਾਕਟਰ ਸਾਹਿਬ ਦੇ ਬੇਟੇ ਨੇ ਜਿਹੜੇ ਡਾਕਟਰ ਸਾਹਿਬ ਨਾਲ ਬੈਠਾ ਤੁਹਾਨੂੰ ਗੱਲ ਸੁਣਾਉਂਦਾ ਵਾ ਠੀਕ ਹੈ ਉਹਨਾਂ ਦਾ ਹੀ ਪਲਾਜ਼ਾ ਡਾਕਟਰ ਸਾਹਿਬ ਦਾ ਅਤੇ ਉਹ ਤੁਹਾਨੂੰ ਮੈਂ ਵੀ ਦੱਸਿਆ ਕਿ ਜਿਹੜਾ ਪਿੱਛੇ ਗਾਵਾਂ 'ਚ ਸਲਾਮੀ ਦਾ ਜਿਹੜਾ ਹੈਡਾ ਬਦਲ ਸਾਹਿਬ ਉਹ ਡਾਕਟਰ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਡਾਕਟਰ ਮਸੀਹ ਸਾਹਿਬ ਉਹਨਾਂ ਦੇ ਦਿੱਤਾ ਸੀ ਮੈਂ ਕਹਿੰਦਾ ਹੁਣ ਆਉਂਦੇ ਆਪਾਂ ਚਾਹ ਰਸਤੇ ਵਿੱਚ ਚਲਿਆ ਕਿ ਉਹਨਾਂ ਦੇ ਬੇਟੇ ਨੇ ਵੀ ਪੰਜ ਵੱਡੇ ਜਗ੍ਹਾ ਜਿਹੜੀਆਂ ਨਾ ਪਾਸੇ ਨੂੰ ਦਿੱਤੀ ਹੈ ਸਹੀ ਗੱਲ ਹੈ ਦਿੱਤੀ ਹੈ ਠੀਕ ਹੋ ਗਿਆ ਇਹ ਉਹਨਾਂ ਦੇ ਬੇਟੇ ਨੇ ਉਮਰ ਇਹਨਾਂ ਦਾ ਨਾਮ ਹੈ ਉਮਰ ਉੱਥੇ ਅਸੀਂ ਤੁਹਾਡੀ ਦੁਕਾਨ 'ਚ ਹੋ ਕੇ ਆਇਆ ਪਲਾਜ਼ਾ ਤੁਹਾਡਾ ਸਾਰਾ ਫਿੱਟ ਹੋ ਕੇ ਆਇਆ ਮੈਂ ਕਿਹਾ ਤੁਸੀਂ ਇੱਥੇ ਲੱਗੇ ਦੇ ਉਹ ਤਰੀਕਾ ਲੈ ਕੇ ਨਾ ਗੇਮ ਤੇ ਜਨਾਬ ਇਹ ਵੀਡੀਓ ਤੁਸੀਂ ਲਾਜ਼ਮੀ ਦੇਖਣੀ ਵੀ ਹੈ ਚਲੋ ਬੜੀ ਮਿਹਰਬਾਨੀ ਸਾਹਿਬ ਬਹੁਤ ਸ਼ੁਕਰੀਆ ਚਲੋ ਠੀਕ ਹੋ ਗਿਆ ਬਸ ਚਲੋ ਜੀ ਹੁਣ ਜਿਹੜਾ ਬਾਹਰ ਨਿਕਲਣਾ ਅੱਲਾਹ ਤਾਲਾ ਇਹਨਾਂ ਨੇ ਵਾਲਾ ਸਾਹਿਬ ਨੂੰ ਠੀਕ ਹੈ ਅੱਲਾਹ ਤਾਲਾ ਇਹਨਾਂ ਨੇ ਵਾਲਾ ਸਾਹਿਬ ਨੂੰ ਜੰਨਤ ਦੇ ਦੇਣਾ ਬੰਦੇ ਨੇ ਪੁੱਛਿਆ ਕਿਹੜਾ ਕੰਮ ਕਰਦੇ ਆ ਬੰਦਾ ਹੈ ਵੇਲਾ ਇਹਨਾਂ ਕੰਮ ਕੀ ਕਰਦਾ ਉਹ ਯਾਰ ਮੇਰੇ ਪਿੰਡ ਦਾ ਉਹ ਮੇਰੇ ਪਿੰਡ ਦਾ ਯਾਰ ਆ ਮੁੰਡਾ ਅੱਜ ਵੇਖ ਸਾਹਿਬ ਦਾ ਬੇਟਾ ਆ ਜੀ ਇਹ ਪੰਗਾਂ ਵਾਲੀ ਦੁਕਾਨ ਹੈ ਭੱਟੀ ਹਾਂਜੀ ਆ ਜਾਣਾ ਭੱਟੀ ਸਾਹਿਬ ਦਾ ਪਾਨ ਸ਼ਾਪ ਹੈ ਵੀ ਬਹੁਤ ਜ਼ਿਆਦਾ ਪੁਰਾਣੀ ਤਕਰੀਬਨ ਜਿਹੜੀਆਂ ਤਿੰਨ ਚਾਰ ਹੀ ਦੁਕਾਨਾਂ ਹਨ ਐਸੀਆਂ ਜਿਹੜੀਆਂ ਪਹਿਲੇ ਦੀਆਂ ਪੁਰਾਣੀਆਂ ਉਹ ਅੱਗੇ ਜਿਹੜੀਆਂ ਨਾ ਉਹ ਅਗਲੀ ਸਾਲ ਦੇ ਉੱਤੇ ਦੁਕਾਨਾਂ ਬਣੀਆਂ ਨੇ ਕੋਈ ਨਾ ਹੁਣ ਨਵੀਆਂ ਉਹਦੇ ਨਾਲ ਅੱਗੇ ਕੋਈ 20-25 ਦੁਕਾਨਾਂ ਨਵੀਆਂ ਬਣੀਆਂ ਨੇ ਲੇਕਿਨ ਇਹ ਕਿ ਉਹ ਮਾਰਕੀਟ ਕੋਈ ਨਹੀਂ ਇੱਥੇ ਕਾਲਿਆਂ ਹੁਣ ਤੁਹਾਨੂੰ ਮੈਂ ਜਾ ਕੇ 85 ਪਿੰਡ ਹਨ ਪਹਿਲਾਂ ਅੱਡਾ ਖੋਦੇ ਦਾ ਉਹਦੀ ਵੀਡੀਓ ਅੱਗੇ ਬਣਾਈ ਦੀ ਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਪੇਜ ਦੇ ਉੱਤੇ ਅੱਜ ਦੂਸਰਾ ਅੱਡਾ ਕਾਲਿਆਂ ਅੱਜ ਜਿਹੜੀ ਇਹਦੀ ਵੀਡੀਓ ਵੀ ਆ ਗਈ ਤੁਹਾਡੇ ਕੋਲ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਹਰ ਪਿੰਡ ਜਾ ਕੇ ਹਰ ਅੱਡੇ 'ਚ ਜਾ ਕੇ ਇੱਕ ਵੀਡੀਓ ਬਣਾਈ ਜਾਏ ਚਲੋ ਅੱਜ ਦੀ ਵੀਡੀਓ ਬਣਾਉਣ ਤੁਹਾਨੂੰ ਪਸੰਦ ਆਈ ਹੋਏਗੀ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਮੈਨੂੰ ਜ਼ਿਆਦਾ ਦਿਓ ਅੱਲਾ ਹਾਫਿਜ਼।